ਮਾਂ ਵੱਲੋਂ ਆਪਣੇ 5 ਸਾਲਾਂ ਬੱਚੇ ਦਾ ਤੇਜ਼ ਧਾਰ ਹਥਿਆਰ ਨਾਲ ਕਤਲ। ਬਠਿੰਡਾ ਵਿਖੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਮਾਂ ਨੇ ਆਪਣੇ ਹੀ 5 ਸਾਲਾਂ ਬੱਚੇ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਹਰਕੀਰਤ ਨਾਂ ਦਾ 5 ਸਾਲ ਦਾ ਬੱਚਾ ਜਦੋਂ ਸਵੇਰੇ ਬਾਥਰੂਮ ਵਿੱਚ ਨਹਾਉਣ ਲਈ ਗਿਆ ਤਾਂ ਉਸ ਦੀ ਮਾਂ ਨੇ ਬਾਥਰੂਮ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ SHO ਥਾਣਾ ਸਿਵਲ ਲਾਈਨ ਬਠਿੰਡਾ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਅਜੀਤ ਵੈਬ ਟੀਵੀ ਲਈ ਵਿਕਰਮ ਦੀ ਰਿਪੋਰਟ। ਸਾਨੂੰ ਇਤਲਾਹ ਮਿਲੀ ਸੀਗੀ ਕਿ ਮਤੀਦਾਸ ਨਗਰ ਗਲੀ ਨੰਬਰ 18 ਦੇ ਵਿੱਚ ਕਿਸੇ ਬੱਚੇ ਦਾ ਮਰਡਰ ਹੋਇਆ, ਜਿਹਦੀ ਜਾਣਕਾਰੀ ਲਈ ਅਸੀਂ ਤਫਤੀਸ਼ ਲਈ ਇੱਥੇ ਮੌਕੇ 'ਤੇ ਆਏ ਹਾਂ। ਉੱਥੇ ਆ ਕੇ ਪਤਾ ਲੱਗਿਆ ਕਿ ਹਰਕੀਰਤ ਸਿੰਘ ਹੈਵੀ 5-6 ਸਾਲ ਦਾ ਬੱਚਾ ਹੈ, ਇਹ ਸਨ ਆਫ ਪਰਮਿੰਦਰ ਸਿੰਘ ਹੈ, ਗਲੀ ਨੰਬਰ 18 ਮਤੀਦਾਸ ਨਗਰ। ਇਹ ਪਹਿਲੀ ਕਲਾਸ 'ਚ ਪੜ੍ਹਦਾ ਸੀ ਲਾਰਡ ਰਾਮਾਕ੍ਰਿਸ਼ਨਾ ਸਕੂਲ ਦੇ ਵਿੱਚ। ਪਹਿਲੀ ਨਜ਼ਰ ਇਹ ਲੱਗਦਾ ਕਿ ਇਹਦੀ ਮਦਰ ਨੇ ਹੀ ਇਹਨੂੰ ਨਹਾਉਣ ਲੱਗੇ ਬੱਚੇ ਦਾ ਕਿਰਚ ਮਾਰ ਕੇ, ਮਤਲਬ ਮਲਟੀਪਲ ਇੰਜਰੀਜ਼ ਨੇ, ਕਿਰਚ ਘਰ ਦੇ ਵਿੱਚ ਹੀ ਕਿਰਚ ਪਈ ਸੀ ਸਡਨਲੀ, ਸ਼ਾਇਦ ਕਿਸੇ ਅਜੇ ਵਜ੍ਹਾ ਅਸੀਂ ਪਤਾ ਕਰ ਰਹੇ ਹਾਂ, ਅਤੇ ਉਹ ਕਿਰਚ ਦੇ ਨਾਲ ਆਪਣੇ ਬੇਟੇ ਦੀ ਮਰਡਰ ਕੀਤਾ। ਉਹਨੇ ਪੜਤਾਲ ਅਸੀਂ ਕਰ ਰਹੇ ਹਾਂ ਜੀ, ਉਹ ਅਸੀਂ ਪਤਾ ਕਰ ਰਹੇ ਹਾਂ ਅਜੇ, ਮੇਰੇ ਪਤਾ ਨਹੀਂ ਕਿ ਕਿਸ ਵਜ੍ਹਾ ਕਰਕੇ ਕਤਲ ਹੋਇਆ।